ਪੰਜਾਬ ਦੇ ਪੌਣ ਪਾਣੀ ਅਤੇ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਲਿਆ ਕੇ ਸੂਬਾ ਵਾਸੀਆਂ ਨੂੰ ਰਹਿਣ ਸਹਿਣ ਲਈ ਵਧੀਆ ਮਾਹੌਲ ਸਿਰਜਣ ਲਈ ਸੂਬਾ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਹ ਮਿਸ਼ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰੋਜੈਕਟ ਹੈ, ਜਿਸ ਨੂੰ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੂਰੇ ਪੰਜਾਬ ਦੇ ਵਿੱਚ ਇੱਕੋ ਸਮੇਂ ਲਾਗੂ ਕੀਤਾ ਜਾ ਰਿਹਾ ਹੈ। ਆਮ ਜਨਤਾ ਕੋ ਤੰਦਰੁਸਤ ਕੈਸੇ ਰੱਖਾ ਜਾਏ ਉਸਕੇ ਉੱਪਰ ਕਾਮ ਕਰਨਾ ਹੈ। ਸਭਸੇ ਪਹਿਲੇ ਹੈ ਪਾਣੀ, ਸਾਫ਼ ਸੁਥਰਾ ਪਾਣੀ ਦੇਣਾ, ਲੋਕਾਂ ਕੋ ਮੁਹੱਈਆ ਕਰਵਾਉਣਾ, ਉਹ ਹਮਾਰੀ ਜ਼ਿੰਮੇਦਾਰੀ ਹੈ। ਉਸਕੇ ਲੀਏ ਹਮ ਲੋਕ ਕੋਸ਼ਿਸ਼ਾਂ ਕਰ ਰਹੇ ਹੈ ਤਾਂਕਿ ਲੋਕਾਂ ਤੱਕ ਸਾਫ਼ ਸੁਥਰਾ ਪਾਣੀ ਪਹੁੰਚ ਸਕੇ। ਦੂਸਰਾ ਹੈ ਸਾਫ਼ ਸੁਥਰਾ ਪਿਓਰ ਖਾਣਾ, ਮੈਡਮ ਜੀ ਇੱਧਰ ਦੇਖ ਕੇ ਲੋਕਾਂ ਕੋ ਸਾਫ਼ ਸੁਥਰਾ ਪਿਓਰ ਖਾਣਾ ਮਿਲ ਸਕੇ ਤਾਂਕਿ ਉਹ ਆਪਣਾ ਸਿਹਤ ਕੋ ਬਰਕਰਾਰ ਰੱਖ ਸਕੇ, ਉਹਨਾਂ ਕੋਈ ਨਕਲੀ ਨਾ ਮਿਲੇ। ਪਤਾ ਚਲਦਾ ਹੈ ਕਿ ਨਕਲੀ ਚੀਜ਼ੇ ਹੈ, ਦੂਧ ਨਕਲੀ ਹੈ, ਸਬਜ਼ੀਓ ਮੇ ਇੰਜੈਕਸ਼ਨ ਲੱਗ ਰਹੇ ਹੈ, ਉਸ ਚੀਜ਼ ਕੋ ਹਮ ਚੈੱਕ ਕਰਨਾ। ਸਾਫ਼ ਸੁਥਰੀ ਹਵਾ ਮਿਲ ਸਕੇ ਉਸਕੇ ਲੀਏ ਹਮ ਲੋਕ ਜੋ ਪੋਲੂਸ਼ਨ ਹੈ ਉਸਕੋ ਕੰਟਰੋਲ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ, ਜ਼ਿਆਦਾ ਸੇ ਜ਼ਿਆਦਾ ਪੇੜ ਲਗਾ ਰਹੇ ਹੈ। ਆਜ ਕਾ ਜੋ ਮਿਸ਼ਨ ਹੈ ਵੋ ਯਹੀ ਹੈ ਕਿ ਪੰਜਾਬ ਕੋ ਤੰਦਰੁਸਤ ਕੈਸੇ ਬਣਾਇਆ ਜਾਏ, ਔਰ ਉਸਕੋ ਬਣਾਨੇ ਕੇ ਲੀਏ ਆਜ ਸੇ ਮੁਹਿੰਮ ਹਮ ਲੋਕੋ ਨੇ ਸ਼ੁਰੂ ਕਰ ਦੀ।